बिस्मिल्लाह रहमान रहीम अस्सलाम वालेकुम। उम्मीद करना कि सारे पैमरा ठीक हो। सो मैं अपना मेज़बान रहीम शौकत और प्याल अपना देश नाल तुसां मजा आता ना टप्पर जिंदा होसी। लीड्स स्टेक ने हवाले ना बड़ा मशहूर है। इन्ना स्पेशल असां की अज इनवाइट कीता ते इस टाइम अगर पप मारा माशाल्लाह अस्सलाम वालेकुम। ठीक हो? ठीक है अस्सलाम वालेकुम। जो आपको पसंद है मिल जाएगा। बर्गर्स हैं, स्टेक्स हैं, विंग्स हैं, लैम चॉप्स हैं, आप मिल जाएंगी और बारबेक्यू बीफ रिब भी है। कभी मुश्किल भी हो जाती है लेकिन अल्हम्दुलिल्लाह आए ट्राई करें। दूर से कस्टमर आते हैं। अरबाब थोड़ी देर पापे ने करीब है जो पापा सलाम लेते हैं और सुना से पापे माशाल्लाह तुसा ना साना इस बड़ा ना सुनता तो मैं गया तक क्या कि उतना तक बारह तक रात थी गड्डी तक ऐसा कि थोड़े टाइम नहीं लगा तकरीबन 10-20 मिनट जगह लोड़ी है। फिर देखिए सर बात करें थोड़ी देर खलते हैं फिर माशाल्लाह अंदर जी खाना भी सू खासा इतना मैं तो जल्द खासा टेस्ट भैन भ्रा की दसा क्या वजह वा जरा इतने लोग कतार कतार लैना बनाई के खत्म नहीं था असल गाड़ी सुनानी है ना कि फ्रेश में फ्रेश चीज़ है इसका माशाल्लाह जरा असम स्टेक बीफ बर्गर बहुत ज़्यादा मशहूर है इनका बिकॉज असल जो अंकल है सारा गोश्त का जरा सिस्टम है अपना ताज़ा बिल्कुल मिचोरिंग स्टेकों ने माशाल्लाह आज बीफ वास्ते इधर हो गई है स्टेकों में ठीक है। तो उस तो बाद यह अंकल को खास आहा कोई मिसाल चाहिए नहीं है लेकिन अलहमदुल्ला चलो बाकी पापा इंशाल्लाह असा इंशाल्लाह खासा तो पता लगती दस आने कितने सौ होने बाकी अरबाब I'll show him a drop test. किसरा याद रहने कुछ ना ऑर्डर सीधा कुछ ना नहीं ऑर्डर सारे सीधा में लिखे हैं टेबल नंबर भी लिखे हैं बता रहे हैं फिर उसी से आ रहा है पहले टेबल आ रहा है ओ ये 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 तू मत बिजी है लेकिन राहुल बिजी है ये गधा बाबा क्या ज्यादा क्या चीज है तुसा ने इथे फेमस जड़ी ज्यादा है लोग पसंद कर ठीक है ना क्या पापे मरे ना तैयब चकसवारी मीरपुर मीरपुर ऑर्डर किस तरह याद रहने फलाने बंदे ने ऑर्डर फलाने बंदे ने क्वालिटी
ਪੜ੍ਹਨ ਵੀ ਮੈਂ ਤੁਹਾਨੂੰ ਤੱਕਣਾ ਪਿਆ ਇਨਸ਼ਾਅੱਲਾ ਮੈਂ ਦੱਸਾਂ ਉੱਧਰ ਦੱਸਾਂ ਵੀ ਕਿ ਉਹ ਤੁਹਾਨੂੰ ਬੜਾ ਹੀ ਸੀਖਣਾ ਮੈਂ ਚਾਹੁੰਦਾ ਸੋ ਸੀਖ ਤੋਂ ਅੱਜ ਸੀ ਇਨਸ਼ਾਅੱਲਾ ਜੀ ਰਮਜ਼ਾਨ ਦੇ ਬਾਅਦ ਸੀਖਾਂ ਜੀ ਇਹ ਖਾਲੀ ਇੱਥੇ ਬਹਿ ਕੇ ਦੇਣੇ ਜਾਂ ਡਰੀਮ ਵੀ ਖਤਮ ਕਰਦੇ ਹੋ ਲੋਕ ਚਾਹੁੰਦੇ ਕਿ ਮੈਂ ਜਦੋਂ ਸਭ ਕੁਝ ਦੇ ਦੇ ਆਪੋ ਅੱਛਾ ਦੇ ਤੁਸੀਂ ਸ਼ੁਕਰੀਆ ਇੱਥੇ ਦੇ ਦੂਰੋਂ ਦੂਰ ਤੋਂ ਕੋ ਕਸਟਮਰ ਇਸ ਨੇ ਸਾਰੇ ਕੀ ਫਰੀ ਵਾਲਸ ਸਿਸਟਮ ਜੀ ਜੋ ਵੀ ਜਿਵੇਂ ਅੰਦਰ ਹੀ ਜਾ ਤੁਸੀਂ ਮੇਰੇ ਉੱਪਰ ਸਭ ਤੋਂ ਜ਼ਿਆਦਾ ਕੀ ਪਸੰਦ ਆ ਰਿਹਾ ਹੈ ਅੱਜ ਕੱਲ ਸਟੇਕ ਸਟੇਕ ਕਾਫੀ ਜਾ ਰਹੇ ਨੇ ਜੀ ਮੈਂ ਬਰਗਰ ਇਹ ਵੇ ਦੋ ਸਪੈਸ਼ਲ ਇਹ ਦੋ ਚਲੋ ਇਨਸ਼ਾਅੱਲਾ ਸਭ ਹੀ ਬਣਿਆ ਤੇ ਤੱਕ ਜਿਨਾ ਗ੍ਰੇਨ ਇਨਸ਼ਾਅੱਲਾ ਬੁਨਾ ਇੱਥੇ ਵੀ ਮੌਜੂਦ ਆ ਉਹ ਵੀ ਮਿਲਦੀ ਹੈ ਤੇ ਬਾਕੀ ਅੱਪਰ ਵੀ ਨਾ ਬਾਕੀ ਇਨਸ਼ਾਅੱਲਾ ਬਾਕੀ ਸ਼ਕਾ ਵੀ ਬਾਹਰ ਵੀ ਹੋ ਸੀ ਅੱਪਰ ਵੀ ਹੋ ਸੀ ਫੈਮਲੀ ਵਾਸਤੇ ਇਨਸ਼ਾਅੱਲਾ ਤੇ ਬਾਕੀ ਜਿਹੜਾ ਨੈਕਸਟ ਉਹ ਪੂਰਾ ਕਿਚਨ ਸਾਫ ਕਰੀਏ ਇਨਸ਼ਾਅੱਲਾ ਬਾਕੀ ਰਾਮ ਤੁਹਾਨੂੰ ਦੱਸਿਆ ਤੁਮ ਬਾਕੀ ਖਾਣਾ ਸ਼ਾਣਾ ਖਾਣੇ ਆ ਤਾਂ ਫਿਰ ਇਨਸ਼ਾਅੱਲਾ ਤੁਹਾਨੂੰ ਦੱਸਣਾ ਜਿਹਨਾਂ ਜਿਹਨਾਂ ਖਾਣਾ ਮਾਮੂ ਤਾਂ ਮਾਰਿਆ ਬਿਸਮਿਲਾ ਕਰੀ ਸਟਾਰਟ ਕਰੀ ਕਹਿੰਦਾ ਨਹੀਂ ਕਿਉਂਕਿ ਮਾਸ਼ਾਅੱਲਾ ਖਾਣੇ ਖਾਣਾ ਤਾਂ ਮੈਂ ਟੇਸਟ ਕਰਨੇ ਆ ਤਾਂ ਫਿਰ ਤੁਹਾਨੂੰ ਦੱਸਣਾ ਮਾਸ਼ਾਅੱਲਾ ਜਿਹਨਾਂ ਜਿਹਨਾਂ ਸਟੇਕ ਵੀ ਖਾਧਾ ਤਾਂ ਵਿੰਗਸ ਵੀ ਖਾਧਾ ਤਾਂ ਮਾਸ਼ਾਅੱਲਾ ਮੈਂ ਤੁਹਾਨੂੰ ਇੱਥੋਂ ਦੱਸੀ ਨਾ ਸਿੱਖਣਾ ਲੇਕਿਨ ਅਗਰ ਮੈਂ ਲੀਡਸ ਤੋਂ ਤੱਕਣੇ ਪਿਓ ਤਾਂ ਇੱਕ ਵਾਰੀ ਜ਼ਰੂਰ ਅੱਛੀ ਨਾਲ ਖਾਣਾ ਟੇਸਟ ਕਰੋ ਬਾਕੀ ਤਾਂ ਇਹਨਾਂ ਦਾ ਮਾਸ਼ਾਅੱਲਾ ਆਪਣਾ ਨਾਮ ਹੈ ਤਾਂ ਬਾਕੀ ਪਾਪਾ ਵੀ ਅਸਾਂ ਨੂੰ ਮੌਜੂਦ ਰੱਖ ਤਾਂ ਖਾਣਾ ਸ਼ਾਣਾ ਖਾਈ ਨਹੀਂ ਕਿਨਾ ਤਾਂ ਫਿਰ ਦੁਬਾਰਾ ਇਹਨਾਂ ਨੇ ਇੱਕ ਵਾਰੀ ਫਿਰ ਗੱਲ ਕਰ ਸਕਦਾ ਜਿਹਨਾਂ ਜਿਹਨਾਂ ਤਰ੍ਹਾਂ ਤਰ੍ਹਾਂ ਦੇ ਖਾਣੇ ਮਾਸ਼ਾਅੱਲਾ ਆਏ ਗਏ ਸਾਨੂੰ ਤੱਕੀ ਕਹਿੰਦਾ ਹੋ ਸੀ ਲੇਕਿਨ ਪਾਪਾ ਔਰ ਸਾਨੂੰ ਮੌਜੂਦ ਨਹੀਂ ਪਾਪਾ ਨੂੰ ਮੈਂ ਦੱਸਾਂ ਤਾਂ ਸ਼ਾਇਦ ਥੋੜ੍ਹੀ ਕਮੀ ਹੋਈ ਲੇਕਿਨ ਤੁਸੀਂ ਸਿਰਫ ਬਹੁਤ ਵੀ ਤਰੀਕੇ ਨਾਲ ਦੱਸੀ ਸਕਦੇ ਹੋ ਕਿ ਚੀਜ਼ ਹੈ ਟੀ ਬੋਕਸ ਸਟੇਕ ਜਿਹੜਾ ਨਾ ਅਤੇ ਬਾਕੀ ਖਾਣਾ ਤਾਂ ਮਾਸ਼ਾਅੱਲਾ ਇਹਨਾਂ ਨਾਲ ਮਾਮੂ ਮਾੜੇ ਤੋਂ ਪਹਿਲੇ ਤੁਸੀਂ ਖਾਣੇ ਮੈਂ ਤਾਂ ਪਹਿਲੀ ਦਫਾ ਕੀਤਾ ਖਾਧਾ ਕੈਸਾ ਸਵਾਦ ਹੈ ਬਹੁਤ ਜ਼ਬਰਦਸਤ ਹੈ ਇੱਕ ਵਾਰੀ ਬੰਦਾ ਜਿਹੜਾ ਖਾਇਆ ਨਾ ਜੀ ਬਾਰ ਬਾਰ ਬੰਦਾ ਨਾਲ ਵਿੱਚ ਖਾ ਮੂੰਹ ਨਾਲ ਜਿਹੜਾ ਟੇਸਟ ਨਹੀਂ ਅੱਗੋਂ ਅੱਗ ਪਿੱਛੂਗਾ ਸੋ ਬੰਦਾ ਬਦਲ ਕਰ ਚੁੱਕੀ ਚੀਜ਼ ਹਾਂ ਅਤੇ ਦੂਸਰਾ ਮੈਂ ਤੁਹਾਨੂੰ ਕਿ ਇੱਕ ਮਜ਼ੇ ਦੀ ਗੱਲ ਦੱਸੀ ਉਹਨਾਂ ਕਿ ਮਾਸ਼ਾਅੱਲਾ ਸਤੀਗੇਟ ਇੰਨਾ ਕੁਝ ਜਿਹੜਾ ਨਾ ਉਹ HMC ਤਾਂ ਹਲਾਲ ਨਾਲ ਜਿਹੜਾ ਨਾ ਤੁਸੀਂ ਇਨਸ਼ਾਅੱਲਾ ਤੇਲ ਹਰ ਚੀਜ਼ ਜਿਹੜਾ ਨਾ ਤੁਸੀਂ ਹਲਾਲ ਖਾਣੇ ਜਿਹੜਾ ਨਾ ਇਨਸ਼ਾਅੱਲਾ ਤੁਹਾਨੂੰ ਦੱਸੀ 100% ਗੱਲ ਅੰਡਰਾ ਇਹਨਾਂ ਦਿਨ ਮਾਸ਼ਾਅੱਲਾ ਖਾਣਾ ਛਾਣਾ ਅਸਾਂ ਖਾਈ ਰਹੇ ਹਾਂ ਅਤੇ ਬਾਕੀ ਅਸਾਂ ਹੁਣ ਜਾਣੇ ਦੀ ਤਿਆਰੀ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨਿਕਲ ਜਾ ਫਿਰ ਵਿਊ ਦੱਸੀ ਉਹਨਾਂ ਮੈਂ ਇਤਨਾ ਕੋਈ ਫੂਡ ਇਤਨਾ ਤਾਂ ਨਹੀਂ ਬੰਦਾ ਲੇਕਿਨ ਮੈਂ ਜੇ ਤਾਂ ਰਹਿਣਾ ਲੀਡਸ ਆਇਆ ਵਾਂ ਸੱਚੀ ਗੱਲ ਬਾਂਹ ਦੇ ਜਿਸ ਵੇਲੇ ਨਾ ਮਜ਼ੇ ਨਾਲ ਖਾਣਾ ਖਾਧਾ ਤਾਂ ਮਾਸ਼ਾਅੱਲਾ ਇਹਨਾਂ ਨਾਲ ਸਟੇਕ ਅਤੇ ਸਾਰੇ ਆਜ਼ਾਦ ਕਸ਼ਮੀਰ ਜਿਤਨਾ ਪੋਣੀ ਇੱਥੇ ਜਿਹੜਾ ਮਿਲਣਾ ਵਾ ਤਾਂ ਬਾਕੀ ਟੇਸਟ ਜਿਹੜਾ ਇਹਨਾਂ ਨਾਲ ਕਮਾਲ ਹੈ ਤਾਂ ਬਾਕੀ ਜ਼ਰੂਰ ਇੱਥੇ ਅੱਛੋ ਆਪਣੀ ਫੈਮਲੀ ਨਾਲ ਇੰਜੋਏ ਕਰੋ ਤਾਂ ਬਾਕੀ ਮੈਂ ਤੁਹਾਨੂੰ ਅੱਪਰ ਇਹ ਸੈਟਿੰਗ ਚਰਚੀ ਸ਼ੋਰਾ ਕਿ ਇੱਥੇ ਵੀ ਇਨਸ਼ਾਅੱਲਾ ਸੈਟਿੰਗ ਹੋ ਸੀ ਅਤੇ ਬਾਕੀ ਇਹ ਸਾਰਾ ਵੀ ਇਨਸ਼ਾਅੱਲਾ ਫੈਮਲੀ ਵਾਸਤੇ ਅਤੇ ਇਨਸ਼ਾਅੱਲਾ ਫਿਰ ਜਾ ਆਪਣੀ ਫੈਮਲੀ ਨਾਲ ਜ਼ਰੂਰ ਮੈਂ ਵੀ ਇੱਥੇ ਹੀ ਅਸਾਂ ਮਾਸ਼ਾਅੱਲਾ ਨਮਾਜ਼ ਇਹ ਜਿਹੜੀ ਜਗ੍ਹਾ ਨਾ ਆਪਾਂ ਨਮਾਜ਼ ਵਾਸਤੇ ਵੀ ਇੰਨਾ ਮਾਸ਼ਾਅੱਲਾ ਬਣਾਈ ਹੈ ਤਾਂ ਤੱਕੇ ਸਕਦੇ ਹੋ ਕਿ ਨਮਾਜ਼ ਹੀ ਅਸਲ ਕਮਯਾਬੀ ਹੈ ਤਾਂ ਰੋਜ਼ੀ 'ਚ ਬਰਕਤ ਵੀ ਆਉਣੀ ਹੈ ਤਾਂ ਬਾਕੀ ਸਾਰੀ ਦੁਆ ਕਿ ਅੱਲਾਹ ਪਾਕ ਤੁਸੀਂ ਹੋਰ ਮਜ਼ੀਦ ਤੋਂ ਮਜ਼ੀਦ ਕਮਯਾਬ ਕਰੋ ਤਾਂ ਅੱਲਾਹ ਪਾਕ ਸਾਰਿਆਂ ਮੁਸਲਮਾਨਾਂ ਦੀ ਹੈਰ ਫਰਮਾਉਣ ਤਾਂ ਇਨਸ਼ਾਅੱਲਾ ਬਹੁਤ ਜਲਦੀ ਕਿ ਨਹੀਂ ਵੀਡੀਓ ਮੁਲਾਕਾਤ ਤੁਸੀਂ ਤਬ ਤੱਕ ਵੀ ਅਮਾਨ ਹੈ।